ਸਾਫੀ ਨਾ ਮਰਵਾਇਆ ਕਰੋ, ਫੁੜਕ ਮੁੜ ਘੁੱਟਦੇ ਰਾਤ ਨੂੰ ਉਹ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਲ ਅਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ ਕੱਲ੍ਹ 22 ਅਗਸਤ ਨੂੰ ਕਰਵਾਏ ਗਏ ਸਨ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਗੱਲ ਕਰਦੇ ਫਾਈਨਲ ਰਿਜ਼ਲਟ ਦੀ, ਪਹਿਲਾਂ ਗੱਲ ਕਰਾਂਗੇ ਮਾਂਗਾ ਸਰਾਏ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਘਰਿਆਲਾ ਅਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਹੋਇਆ ਸੀ, ਅਤੇ ਉੱਥੇ ਪਹਿਲਾ ਨਾ 75,000 ਅਤੇ ਦੂਜਾ ਨਾ 65,000 ਸੀ, ਅਤੇ ਫਰੰਦੀਪੁਰ ਦੀ ਟੀਮ ਫਸਟ ਅਤੇ ਘਰਿਆਲਾ ਦੀ ਟੀਮ ਸੈਕਿੰਡ ਰਹੀ। ਅੱਗੇ ਗੱਲ ਕਰਦੇ ਹਾਂ ਸੰਤੂਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 41,000 ਅਤੇ ਦੂਜਾ ਨਾਮ 31,000 ਸੀ, ਅਤੇ ਬੈਸਟ ਰੇਡਰ ਅਤੇ ਜਾਪੀ ਦੇ ਲਈ 51-5100 ਅਤੇ ਪਲੱਸ ਕੱਪ ਦਿੱਤੇ ਗਏ ਸਨ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਈਬਨ ਅਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ, ਇਹਦੇ ਵਿੱਚੋਂ ਬੁੱਟਰ ਸੈਕਿੰਡ ਅਤੇ ਈਬਨ ਫਸਟ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਰਾਵਣਾ ਗਾਂਦਰਾਂ ਵਾਲਾ, 7 ਕਬੱਡੀਆਂ ਪਾ ਕੇ 7 ਨੰਬਰ ਲਏ, ਅਤੇ ਇੱਥੇ ਬੈਠੀ ਜਾਫੀ ਬਣੇਗਾ ਚਿਰਾਗ ਦੀਨ ਮਈਆਂ ਵਾਲ, 6 ਟੱਚ ਲੈ ਕੇ 3 ਜੱਫੇ ਲਾਏ। ਅੱਗੇ ਗੱਲ ਕਰਦੇ ਪਪਸਰ ਕੋਠੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ। ਉੱਥੇ ਪਹਿਲਾ ਨਾਮ 61,000 ਅਤੇ ਦੂਜਾ ਨਾਮ 51,000 ਸੀ, ਬੈਸਟ ਰੇਡਰ ਅਤੇ ਜਾਫੀ ਦੇ ਲਈ 11,000 ਰੁਪਏ ਦਿੱਤੇ ਗਏ ਸਨ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਜਾਂਡਲੀ ਅਤੇ ਧਨੌਰੀ ਦੀਆਂ ਟੀਮਾਂ ਦੇ ਵਿਚਕਾਰ, ਇਹਦੇ ਵਿੱਚ ਧਨੌਰੀ ਸੈਕਿੰਡ ਅਤੇ ਜਾਂਡਲੀ ਫਸਟ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਸਾਹਿਲ ਦੇਵਨ, 13 ਕਬੱਡੀਆਂ ਪਾ ਕੇ 13 ਨੰਬਰ ਲਏ, ਅਤੇ ਬੈਠ ਜਾਫੀ ਬਣੇਗਾ ਮੋਨੂ ਸਿਰਸਲ, 11 ਟੱਚ ਲੈ ਕੇ 3 ਜੱਫੇ ਲਾਏ। ਅੱਗੇ ਗੱਲ ਕਰਦੇ ਹਾਂ ਮੋਹਰ ਸਿੰਘ ਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 61,000 ਅਤੇ ਦੂਜਾ ਨਾਮ 51,000 ਸੀ, ਬੈਸਟ ਰੇਡਰ ਦੇ ਜਾਫੀ ਦੇ ਲਈ 11,000 ਰੁਪਏ ਦਿੱਤੇ ਗਏ ਸਨ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਬਛੋਆਣਾ ਅਤੇ ਖੀਵੇ ਦੀਆਂ ਟੀਮਾਂ ਦੇ ਵਿਚਕਾਰ, ਇਹਦੇ ਵਿੱਚੋਂ ਖੀਵਾ ਸੈਕਿੰਡ ਅਤੇ ਬਛੋਆਣਾ ਫਸਟ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਰਕੇਸ਼ ਬੋਪਰ ਵਾਲਾ, 6 ਕਬੱਡੀਆਂ ਪਾ ਕੇ 6 ਨੰਬਰ ਲਏ, ਅਤੇ ਇੱਥੇ ਬੈਠ ਜਾਫੀ ਬਣੇਗਾ ਧਾਕੜ ਗੋਗੜੀਆਂ ਵਾਲਾ, 4 ਟੱਚ ਲੈ ਕੇ 3 ਜੱਫੇ ਲਾਏ। ਅਤੇ ਹਾਂਜੀ, ਇਸ ਵੀਡੀਓ 22 ਅਗਸਤ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਅਤੇ ਨਾਲ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ, ਧੰਨਵਾਦ ਜੀ।